ਸਿੱਧੂ ਮੂਸੇਵਾਲਾ ਲਈ ਕਲਾਕਾਰ ਦੀ ਅਨੋਖੀ ਸ਼ਰਧਾਂਜਲੀ। ਅੰਡੇ ਦੇ ਛਿਲਕੇ ਤੇ ਬਣਾਤੀ ਮੂਸੇਵਾਲਾ ਦੀ ਤਸਵੀਰ। ਮੂਸੇਵਾਲਾ ਲਈ ਕਰ ਰਿਹਾ ਹੈ ਇਨਸਾਫ ਦੀ ਮੰਗ। ਅੱਜ 29 ਮਈ ਦਾ ਜੋ ਦਿਨ ਹੈ, ਜਿਸ ਦਿਨ ਕਿ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਸਨ, ਅਤੇ ਅੱਜ ਉਹਨਾਂ ਦੀ ਬਰਸੀ ਮੌਕੇ ਹਰ ਫੈਨ ਉਹਨਾਂ ਦਾ ਉਹਨਾਂ ਨੂੰ ਆਪੋ ਆਪਣੇ ਢੰਗ ਨਾਲ ਸ਼ਰਧਾਂਜਲੀ ਪੇਂਟ ਕਰਦਾ ਹੋਇਆ ਵਿਖਾਈ ਦਿੰਦਾ। ਔਰ ਸਾਡੇ ਨਾਲ ਇਸ ਵਕਤ ਅੰਮ੍ਰਿਤਸਰ ਤੋਂ ਵੁਡਨ ਆਰਟਿਸਟ ਅੰਮ੍ਰਿਤਪਾਲ ਸਿੰਘ ਜੀ ਨੇ, ਜਿਹਨੂੰ ਕਿ ਆਪਣੇ ਵੱਖ ਵੱਖ ਕਲਾਕਾਰੀ ਦੇ ਸਦਕਾ ਜਾਣੇ ਜਾਂਦੇ ਨੇ ਔਰ ਵੁੱਡ ਆਰਟ ਦੇ ਸਦਕਾ ਜਾਣੇ ਜਾਂਦੇ ਨੇ, ਔਰ ਇਹਨਾਂ ਦੇ ਵੱਲੋਂ ਅੱਜ ਅਨੋਖੇ ਢੰਗ ਦੇ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਹ ਜੋ ਸ਼ਰਧਾਂਜਲੀ ਦਿੱਤੀ ਗਈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਅੰਡੇ ਦਾ ਛਿਲਕਾ ਹੈ ਜਿਸ 'ਤੇ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਜੋ ਹੈ ਨਿਕਾਸ਼ੀ ਕੀਤੀ ਗਈ ਹੈ, ਔਰ 295 ਜੋ ਕਿ ਉਹਨਾਂ ਦਾ ਇੱਕ ਗੀਤ ਵੀ ਆਇਆ ਸੀ ਔਰ ਕਾਫੀ ਚਰਚਾਵਾਂ ਦੇ ਵਿੱਚ ਰਿਹਾ, ਉਸਦਾ ਵੀ ਇਸ 'ਤੇ ਜ਼ਿਕਰ ਕੀਤਾ ਗਿਆ। ਔਰ ਇਨਸਾਫ ਦੀ ਜੋ ਹੈ ਗੁਹਾਰ ਅੱਜ ਵੀ ਉਸ ਗਾਇਕ ਦੇ ਹੱਕ ਵਿੱਚ ਲੱਗਦੀ ਹੋਈ ਵਿਖਾਈ ਦਿੰਦੀ ਹੈ, ਜੋ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦੇ ਫੈਨ ਨੇ ਉਹ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਲਈ ਅੱਜ ਵੀ ਕਹਿ ਸਕਦੇ ਹਾਂ ਕਿ ਵੱਖ ਵੱਖ ਢੰਗ ਦੇ ਨਾਲ ਆਪਣਾ ਰੋਸ ਵੀ ਜ਼ਾਹਰ ਕਰਦੇ ਹੋਏ ਵਿਖਾਈ ਦਿੰਦੇ ਨੇ, ਪਰ ਉੱਥੇ ਹੀ ਉਸਨੂੰ ਸ਼ਰਧਾਂਜਲੀ ਦਿਖਾਈ ਪੇਂਟ ਕਰਦੇ ਹੋਏ ਵੀ ਵਿਖਾਈ ਦਿੰਦੇ ਨੇ। ਪਰ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਜੀ ਮੌਜੂਦ ਨੇ, ਕੀ ਸੋਚ ਆਈ ਕਿ ਤੁਸੀਂ ਅੰਡੇ ਦੇ ਛਿਲਕੇ ਦੇ ਉੱਤੇ ਜੋ ਹੈ ਇਹ ਜੋ ਨਿਕਾਸ਼ੀ ਹੈ ਕੀਤੀ ਹੈ, ਔਰ ਕਿੰਨਾ ਇਸ ਨੂੰ ਇਹ ਸਮਾਂ ਲੱਗ ਗਿਆ? ਮੈਂ ਜੀ, ਜਿਵੇਂ ਤੁਸੀਂ ਦੱਸਿਆ ਔਰ ਤੁਸੀਂ ਜਾਣਦੇ ਵੀ ਹੋ ਕਿ ਮੈਂ ਲੱਕੜ ਦੀਆਂ ਕਲਾਕਾਰੀਆਂ ਕਰਦਾ, ਵੁੱਡ ਕਾਰਵਿੰਗ ਦਾ ਮੇਰਾ ਕੰਮ ਹੈ, ਅਤੇ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਕੰਮ ਕਰ ਰਿਹਾ ਸੀਗਾ, ਅਤੇ ਮੇਰਾ ਇੱਕ ਸਟੂਡੈਂਟ ਮੇਰੇ ਨਾਲ ਕੰਮ ਕਰ ਰਿਹਾ ਸੀ ਜਿਹੜਾ ਮੇਰੇ ਕੋਲ ਸਿੱਖਣ ਲਈ ਆਉਂਦਾ ਹੈ, ਅਤੇ ਉਹਨਾਂ ਅਕਸਰ ਮੇਰਾ ਸਟੂਡੈਂਟ ਮੂਸੇਵਾਲੇ ਦੇ ਗਾਣੇ ਲਾਏ ਆ, ਕਿਉਂਕਿ ਉਹਦੀਆਂ ਵਾਈਪਸ ਅਤੇ ਉਹਦੀਆਂ ਜੋ ਵੀ ਬੜੀ ਚੜ੍ਹਦੀ ਕਲਾ ਉਹਦੇ ਗਾਣੇ ਨੇ, ਅਤੇ ਅਸੀਂ ਕੰਮ ਕਰ ਰਹੇ ਹਾਂ, ਅਤੇ ਕੰਮ ਕਰਦੇ ਕਰਦੇ ਪੈਨਸਲ ਮੇਰੇ ਹੱਥ 'ਚ ਆਈ ਅਤੇ ਮੈਂ ਇੱਕ ਤਸਵੀਰ ਜੀ ਇੱਕ ਡਰਾਅ ਕੀਤੀ। ਉਹ ਤਸਵੀਰ ਕੁਦਰਤੀ ਰੱਬ ਵੱਲੋਂ ਮੂਸੇਵਾਲੇ ਦੇ ਵਾਂਗੂ ਜਿਵੇਂ ਉਹਦੀਆਂ ਮੁੱਛਾਂ ਕੁੰਡੀਆਂ ਔਰ ਜਿਸ ਤਰ੍ਹਾਂ ਦਾ ਫੇਸ ਸੀ ਉੱਦਾਂ ਦਾ ਉਹ ਤਿਆਰ ਹੋ ਗਈ, ਅਤੇ ਮੈਨੂੰ ਉਹ ਮੇਰੇ ਸਟੂਡੈਂਟ ਨੇ ਕਿਹਾ ਵੀ ਉਸਤਾਦ ਜੀ ਹੈ ਅਤੇ ਮੂਸੇਵਾਲਾ ਬਣਾਤਾ ਤੁਸੀਂ ਬੜਾ ਵਧੀਆ, ਇਹਨੂੰ ਕਿਸੇ ਹੋਰ ਚੀਜ਼ 'ਤੇ ਕਰੋ। ਮੈਂ ਕਿਹਾ ਯਾਰ ਜੇ ਵੁੱਡ ਕਾਰਵਿੰਗ 'ਤੇ ਕਰਾਂ ਤਾਂ ਟਾਈਮ ਬੜਾ ਲੱਗ ਜਾਣਾ ਵਾ, ਅਤੇ ਜਾਂ ਮੈਂ ਕਿੱਦਾਂ ਕੀ ਕਰਾਂ, ਪਤਾ ਨਹੀਂ ਕਿਤਨਾ ਰੱਬ ਵੱਲੋਂ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ, ਅਤੇ ਮੈਂ ਇੱਕ ਦੇਸੀ ਆਂਡਾ ਮੰਗਾਇਆ ਅਤੇ ਉਹਨੂੰ ਖਾਲੀ ਕੀਤਾ, ਉਹਦੇ ਉੱਤੇ ਮੈਂ ਡਰਾਇੰਗ ਕੀਤੀ ਅਤੇ ਉਹਨੂੰ ਮੈਂ ਉਹਨੂੰ ਤਰਾਸ਼ਿਆ, ਉਹ 'ਤੇ ਕਾਰਵਿੰਗ ਕੀਤੀ, ਅਤੇ ਰੱਬ ਵੱਲੋਂ ਹੀ ਉਹ ਆਂਡਾ ਵੀ ਬਿਲਕੁਲ ਬਚ ਗਿਆ। ਵੈਸੇ ਤਾਂ ਆਂਡਾ ਬੜਾ ਨਾਜ਼ੁਕ ਹੁੰਦਾ, ਕੋਈ ਵੀ ਕੰਮ ਕਰਦੇ ਹਾਂ ਕੋਈ ਟੂਲ ਕੋਈ ਮਸ਼ੀਨ ਛਿਲਦੇ ਹਾਂ ਟੁੱਟ ਹੀ ਜਾਂਦਾ, ਪਰ ਪਤਾ ਨਹੀਂ ਅੱਜ ਪਰਮਾਤਮਾ ਦੀ ਕੀ ਕਿਰਪਾ ਸੀ ਜਾਂ ਕਿੱਦਾਂ ਉਹਨਾਂ ਮੇਰੇ ਹੱਥੋਂ ਬਣਵਾਉਣਾ ਸੀਗਾ, ਅਤੇ ਆਂਡੇ ਦੇ ਉੱਤੇ ਇਹਦਾ ਮੈਂ ਪੋਰਟਰੇਟ ਵੀ ਬਣਾਇਆ ਔਰ 295 ਉਹਦਾ ਬੜਾ ਮਸ਼ਹੂਰ ਗੀਤ ਵੀ ਹੈ, ਔਰ 29 ਮਈ ਨੂੰ ਮਤਲਬ ਉਹਦੀ ਡੈਥ ਹੋਈ ਸੀਗੀ ਅਤੇ ਦੂਸਰੀ ਬਰਸੀ ਹੈ। ਇਸ ਮੌਕੇ ਦੇ ਉੱਤੇ ਮੈਂ ਅੱਜ ਦਾ ਦਿਨ ਮੈਂ ਖੁਦ ਇੱਕ ਕਲਾਕਾਰ ਹਾਂ, ਉਹ ਵੀ ਇੱਕ ਕਲਾਕਾਰ, ਜੇ ਉਹ ਕਲਮ ਦਾ ਕਲਾਕਾਰ ਸੀਗਾ ਤਾਂ ਮੈਂ ਚੌਰਸੀਆਂ ਰੇਤੀਆਂ ਰੰਦਿਆਂ ਦਾ ਕਲਾਕਾਰ ਹਾਂ, ਮੈਂ ਲੱਕੜ ਦੀਆਂ ਕਲਾਕਾਰੀਆਂ ਕਰਦਾ। ਇਹ ਮੇਰਾ ਅੱਜ ਦਾ ਪੂਰਾ ਦਿਨ ਉਹਦੇ ਲਈ ਸਮਰਪਿਤ ਹੈ, ਅਤੇ ਮੈਂ ਉਹਦੀਆਂ ਕਲਾਕਾਰਾਂ ਕੀਤੀਆਂ ਜਿਸ ਤਰ੍ਹਾਂ ਤੁਸੀਂ ਵੀ ਆਏ ਹੋ, ਇੰਟਰਵਿਊਸ ਚੱਲੇ ਨੇ, ਮੇਰਾ ਅੱਜ ਦਾ ਸਾਰਾ ਦਿਨ ਮੇਰੀ ਸ਼ਰਧਾਂਜਲੀ ਹੈ ਜੀ ਸਿੱਧੂ ਮੂਸੇਵਾਲੇ ਦੀ। ਉਸਦੇ ਜੋ ਗੀਤ ਸੀਗੇ, ਅਕਸਰ ਕਹਿ ਸਕਦੇ ਹਾਂ ਕਿ ਪੰਜਾਬੀ ਨੌਜਵਾਨ ਜਿਹੜੇ ਉਸਨੂੰ ਸੁਣਦੇ ਸੀ, ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਲੋਕ ਉਸਨੂੰ ਸੁਣਦੇ ਸੀ, ਤੁਸੀਂ ਬਤੌਰ ਇੱਕ ਖੁਦ ਕਹਿ ਸਕਦੇ ਹਾਂ ਕਿ ਕਿੰਨਾ ਕੁ ਉਸ ਗਾਇਕ ਪ੍ਰਤੀ ਖੁਦ ਦੇ ਜ਼ਹਿਨ ਵਿੱਚ ਹਲੀਮੀ ਜਾਂ ਪਿਆਰ ਸਤਿਕਾਰ ਸੀਗਾ? ਭਾਅ ਜੀ, ਮੈਂ ਉਹਦੇ ਜਿਹੜੇ ਬੋਲ ਸੀਗੇ, ਮੈਨੂੰ ਉਹਦੇ ਬੋਲ ਬੜੇ ਵਧੀਆ ਲੱਗਦੇ ਨੇ, ਔਰ ਉਹਨੇ ਪੰਜਾਬੀਅਤ ਦੀ ਗੱਲ ਕੀਤੀ, ਉਹਨੇ ਸਰਦਾਰੀ ਦੀ ਗੱਲ ਕੀਤੀ, ਉਹਨੇ ਇੱਕ ਗਾਣੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਟਾਵਲ ਨਹੀਂ ਹੈ ਸਿਰ 'ਤੇ ਮਾਨ ਜੱਟਾਂ ਦਾ, ਵੀ ਅਸੀਂ ਕੋਈ ਸਿਰ 'ਤੇ ਤੌਲੀਆਂ ਨਹੀਂ ਬੰਨਦੇ, ਸਾਡੀ ਪੱਗ 6 ਮੀਟਰ ਦੀ, ਅਤੇ ਉਹਦੇ ਬਹੁਤ ਸਾਰੇ ਬੋਲ, ਕਿਸੇ ਬੱਚੇ ਸਿਰ ਦੀਆਂ ਕੇਸ ਲੱਭਣੇ ਛੇਤੀ ਤੁਹਾਨੂੰ ਇਹੋ ਜਿਹੀ ਡੇਟ ਮਿਲੇਗੀ, ਮਤਲਬ ਇਹੋ ਜਿਹੀ ਉਹਦੀਆਂ ਗੱਲਾਂ ਲਿਖੀਆਂ, ਬਹੁਤ ਸਾਰੇ ਉਹਨੇ ਚਰਚੇ ਕੀਤੇ, ਅਤੇ ਉਹਦੀ ਕਲਮ ਮੈਨੂੰ ਨਹੀਂ ਲੱਗਦਾ ਹੁਣ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹ ਤਾਂ ਠੀਕ ਹੈ ਜੀ, ਮਾਰ ਕੇ ਜੇਲ੍ਹ ਵੀ ਚਲ ਗਏ, ਉੱਥੇ ਵੀ ਸਰਕਾਰ ਨੇ ਉਹਨਾਂ ਨੂੰ 4 ਰੋਟੀਆਂ ਦੇਣੀਆਂ, ਉਹਨੇ ਖਾ ਲੈਣੀਆਂ, ਪਰ ਮੈਂ ਉਹਨਾਂ ਬੰਦੇ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਉਹਦੇ ਵਰਗੀਆਂ ਲਾਈਨਾਂ ਲਿਖ ਸਕਦੇ ਹੋ? ਮਾਰ ਤਾਂ ਤੁਸੀਂ ਬੜਾ ਸੌਖਾ ਦਿੱਤਾ ਉਹਨੂੰ, ਉਹਦੀ ਰੇਕੀ ਕੀਤੀ, ਉਹਨੂੰ ਮਾਰਤਾ, ਕੀ ਤੁਸੀਂ ਲਿਖ ਸਕਦੇ ਹੋ?
ਉਹਦੇ ਵਰਗੇ ਬੋਲ ਕੋਈ ਪੰਜਾਬ 'ਚ ਕੋਈ ਬੰਦਾ ਬੈਠਾ ਜਿਹੜਾ ਉਹਦੇ ਨਾਲ ਦੇ ਬੋਲ ਲਿਖਦੇ, ਸਾਡੀ ਪੰਜਾਬੀਅਤ ਨੂੰ ਅਤੇ ਸਾਡੇ ਸਿੱਖ ਨੌਜਵਾਨ ਨੂੰ, ਸਰਦਾਰਾਂ ਨੂੰ ਕਿੰਨਾ ਇਸ ਚੀਜ਼ ਦਾ ਘਾਟਾ ਪਿਆ। ਉਹਦੀਆਂ ਗੱਲਾਂ ਬਿੱਲਬੋਰਡ ਤੱਕ ਹੋਈਆਂ, ਉਹਨੇ ਪਤਾ ਨਹੀਂ ਕਿੱਥੇ ਪੰਜਾਬੀਆਂ ਨੂੰ ਲੈ ਜਾਣਾ ਸੀਗਾ, ਅਤੇ ਜਿਹਦਾ ਘਾਟਾ ਸਾਨੂੰ 2 ਸਾਲ ਪਹਿਲਾਂ ਪੈ ਚੁੱਕਿਆ, ਅਤੇ ਹਜੇ ਤੱਕ ਕੋਈ ਇਨਸਾਫ਼ ਨਹੀਂ, ਮੈਨੂੰ ਕੁਛ ਨਜ਼ਰ ਨਹੀਂ ਆ ਰਿਹਾ। ਤੁਸੀਂ ਖੁਦ ਵੀ ਉਸਦੇ ਫੈਨ ਹੋ, ਜਦ 29 ਮਈ ਨੂੰ ਤੁਹਾਨੂੰ 2 ਸਾਲ ਪਹਿਲਾਂ ਦੀ ਗੱਲ ਕਰੀਏ, ਉਸ ਸਮੇਂ ਪਤਾ ਲੱਗਾ ਕਿ ਉਹ ਗਾਇਕ ਇਸ ਦੁਨੀਆਂ 'ਚ ਨਹੀਂ ਰਿਹਾ, ਜਿਸ ਤਰ੍ਹਾਂ ਕਿ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ, ਤਾਂ ਉਸ ਸਭ ਨੂੰ ਸੁਣ ਕੇ ਖੁਦ ਨੂੰ, ਮਨ ਨੂੰ ਕਿਸ ਤਰ੍ਹਾਂ ਧੱਕਾ ਜਿਹਾ ਮਹਿਸੂਸ ਹੋਇਆ? ਭਾਅ ਜੀ ਦੇਖੋ, 2 ਸਾਲ ਪਹਿਲਾਂ ਜਦੋਂ TV ਦੇ ਉੱਤੇ ਚੱਲ ਵੀ ਮੂਸੇਵਾਲੇ ਨੂੰ ਮਾਰਤਾ ਵੀ ਉੱਥੇ ਉਹਦਾ ਕਤਲ ਕਰਤਾ, ਅਤੇ ਸਾਰਾ ਦੇਸ਼ ਉਹਦੇ ਫਾਦਰ ਸਾਹਿਬ, ਉਹਦੇ ਪੇਰੈਂਟਸ, ਸਾਰਾ ਮਤਲਬ ਜਿਹੜੇ ਸਾਡੇ ਨੌਜਵਾਨ, ਸਾਡੀ ਜਿਹੜੀ ਜਨਰੇਸ਼ਨ ਸਾਰੀ ਰੋਈ, ਦਿਲੋਂ ਰੋਈ। ਅਤੇ ਉਹ ਗੱਲਾਂ ਆਪਣੀਆਂ ਸਾਰੀਆਂ ਪਹਿਲਾਂ ਹੀ ਕਹਿ ਗਿਆ ਸੀਗਾ ਵੀ ਮੇਰੀ ਬਾਹਾਂ 'ਤੇ ਮੇਰੇ ਯਾਰਾਂ ਦੇ ਮੇਰੇ ਟੈਟੂ ਬਣਾਉਣੇ ਨੇ, ਅਤੇ ਉਹਦੇ ਟੈਟੂ ਬਣਾ ਰਹੇ ਲੋਕਾਂ ਦਾ, ਟੈਟੂਆਂ ਦਾ ਕਾਰੋਬਾਰ ਅੱਧੇ ਉਹ ਜ਼ਿਆਦਾ ਮੂਸੇਵਾਲੇ ਕਰਕੇ ਚੱਲ ਰਿਹਾ, ਜਿਹੜੀਆਂ ਕਾਰਾਂ ਸਕੂਟਰਾਂ 'ਤੇ ਜਿਹੜੀਆਂ ਫੋਟੋਆਂ ਹਟਵਾਂ ਲੱਗਦੀਆਂ ਮੂਸੇਵਾਲੀਆਂ, ਲੋਕਾਂ ਕਿੰਨਿਆਂ ਦਾ ਕਾਰੋਬਾਰ ਟੀ ਸ਼ਰਟਾਂ 'ਤੇ ਉਹਨਾਂ ਫੋਟੋਆਂ ਪ੍ਰਿੰਟ ਹੁੰਦੀਆਂ ਨੇ, ਉਹਨੇ ਮਤਲਬ ਇੱਕ ਸਰਦਾਰ ਮੁੰਡੇ ਨੇ ਕਿੱਥੋਂ ਤੱਕ ਗੱਲ ਪਹੁੰਚਾਤੀ, ਅਤੇ ਉਹਦਾ ਘਾਟਾ ਸਾਡੀ ਪੰਜਾਬੀਅਤ ਨੂੰ ਪਿਆ। ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਨੌਜਵਾਨ ਮੈਨੂੰ ਵੇਖਣ 'ਚ ਮਿਲੇ ਕਿ ਜਿਹੜਾ ਪੰਜਾਬੀਅਤ ਨੂੰ, ਜੋ ਸਰਦਾਰੀ ਨੂੰ ਇੰਨੀ ਉੱਤੀ ਤੱਕ ਲੈ ਜੇ। ਅੱਜ ਉਹਨਾਂ ਦੀ ਬਰਸੀ ਹੈ, ਦੇਸ਼ ਦੁਨੀਆ ਦੀ ਆਵਾਮ ਉਹਨਾਂ ਨੂੰ ਯਾਦ ਕਰਦੀ ਹੋਏਗੀ, ਸ਼ਰਧਾਂਜਲੀ ਦਿੰਦੀ ਹੋਏਗੀ। ਕਹਿ ਸਕਦੇ ਹਾਂ ਕਿ ਅੱਜ ਦਾ ਦਿਨ, ਜਿੱਥੇ ਕਿ ਗਾਣੇ ਤਾਂ ਹਰ ਕੋਈ ਉਹਨਾਂ ਦੇ ਅੱਜ ਵੀ ਸੁਣਦਾ ਹੋਏਗਾ, ਪਰ ਮਨ ਵਿੱਚ ਇੱਕ ਕਹਿ ਸਕਦੇ ਹਾਂ ਕਿ ਉਹ ਦੁੱਖ ਜ਼ਰੂਰ ਹੋਏਗਾ ਕਿ ਅੱਜ ਉਹ ਨੌਜਵਾਨ ਪੰਜਾਬ ਦਾ ਨਹੀਂ ਹੈ, ਜਿਸਨੇ ਕਿ ਪੰਜਾਬ ਦੇ, ਪੰਜਾਬੀਅਤ ਦੇ ਨਾਮ ਨੂੰ ਇੱਕ ਸ਼ਿਖਰ 'ਤੇ ਪਹੁੰਚਾਇਆ। ਜੀ ਮੈਂ ਜਿਹੜੇ ਵੀ ਲੋਕ ਮੈਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰਦਾ ਹਾਂ ਕਿ ਤੁਸੀਂ ਨਹਾ ਧੋ ਕੇ ਅੱਜ ਗੁਰਦੁਆਰਾ ਸਾਹਿਬ ਜਾਓ ਔਰ ਉਹਦੇ ਜਸਟਿਸ ਲਈ ਉਹਨੂੰ ਨਿਆਂ ਮਿਲੇ ਇਹਦੀ ਅਰਦਾਸ ਪਰਮਾਤਮਾ ਅੱਗੇ ਕਰੋ, ਅਤੇ ਆਸ਼ਾ ਕਰਦਾ ਹਾਂ ਕਿ ਛੇਤੀ ਸਾਨੂੰ, ਸਾਡੀ ਪੰਜਾਬੀਅਤ ਨੂੰ ਔਰ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਨੂੰ ਇਨਸਾਫ਼ ਮਿਲੇਗਾ। ਜਿੱਥੇ ਕਿ ਇਸ ਅੰਡੇ ਦੀ ਗੱਲ ਕਰੀਏ, ਤਾਂ ਜਿੱਥੇ ਕਿ ਸਿੱਧੂ ਮੂਸੇਵਾਲਾ ਦੀ ਹੀ ਕਹਿ ਸਕਦੇ ਹਾਂ ਕਿ ਸ਼ਰਧਾਂਜਲੀ ਵਜੋਂ ਤੁਸੀਂ ਅੱਜ ਦੇ ਦਿਨ ਇਸ ਨੂੰ ਬਣਾਇਆ, ਪਰ ਉੱਥੇ ਹੀ ਗੱਲ ਕਰੀਏ ਤਾਂ ਇੱਕ ਆਪਣੇ ਜ਼ਿਹਨ ਵਿੱਚ ਵੀ ਹੁੰਦਾ ਕਿ ਕਲਾਕਾਰ ਆਪਣੀ ਕਲਾਕਾਰੀ ਦੇ ਸਦਕਾ ਉਸਦਾ ਪ੍ਰਦਰਸ਼ਨ ਕਰਦੇ ਹੋਏ ਉਸਨੂੰ ਸ਼ਰਧਾਂਜਲੀ ਜਾਂ ਸ਼ਰਧਾ ਦੇ ਫੁੱਲ। ਜੀ ਬਿਲਕੁਲ ਜੀ, ਦੇਖੋ ਮੇਰੇ ਕੋਲ ਤਾਂ ਬੜੇ ਬੜੇ ਮੈਂ ਲੋਕਾਂ ਨੂੰ ਗਿਫਟ ਦਿੱਤੇ, ਲੋਕਾਂ ਨੂੰ ਆਪਣੀਆਂ ਕਲਾਕਾਰੀਆਂ ਬਣਾ ਕੇ ਦਿੱਤੀਆਂ, ਔਰ ਉਹਨਾਂ ਨੂੰ ਇਹ ਵੀ ਗੱਲ ਕਹੀ, ਮੈਂ ਕਿਹਾ ਜੀ ਇਹ ਜਿਹੜਾ ਤੁਹਾਨੂੰ ਗਿਫਟ ਮੈਂ ਦੇ ਰਿਹਾ ਇਹ ਤੁਸੀਂ ਮੁੱਲ ਨਹੀਂ ਖਰੀਦ ਸਕਦੇ, ਇਹ ਮੇਰੇ ਪਿਆਰ ਹੈ, ਮੈਂ ਤੁਹਾਡੀ ਰਿਸਪੈਕਟ ਕਰਦਾ ਔਰ ਤੁਹਾਨੂੰ ਚੀਜ਼ ਬਣਾ ਕੇ ਦਿੱਤੀ, ਇਹ ਚੀਜ਼ ਮੁੱਲ ਨਹੀਂ ਖਰੀਦੀ ਜਾ ਸਕਦੀ। ਇੱਦਾਂ ਹੀ ਹੈ ਜਿਹੜਾ ਮੈਂ ਆਂਡੇ ਦੇ ਉੱਤੇ ਕਲਾਕਾਰੀ ਕੀਤੀ ਆ, ਜੇ ਮੈਂ ਕਿਸੇ ਨੂੰ ਗਿਫਟ ਕਰਾਂਗਾ ਇਹ ਮੁੱਲ ਨਹੀਂ ਵੇਖ ਸਕਦਾ, ਇਹਦੀ ਕੋਈ ਕੀਮਤ ਨਹੀਂ ਆ, ਪਰ ਜੇ ਕੋਈ ਚਾਹਵਾਨ ਜਾਂ ਉਹਦੇ ਪੇਰੈਂਟਸ ਕਦੀ ਆਏ ਤਾਂ ਮੈਂ ਉਹਨਾਂ ਨੂੰ ਜ਼ਰੂਰ ਗਿਫਟ ਕਰਾਂਗਾ। ਕੁਝ ਉਹਦੇ ਗਾਣੇ ਦੇ ਗੀਤ ਤੁਸੀਂ ਬੋਲ ਸਾਂਝੇ ਕਰਨਾ ਚਾਹੁੰਦੇ ਪਹਿਲਾਂ? ਮੈਂ ਜੀ ਉਹਦੇ ਬੋਲ ਤਾਂ ਮੈਂ ਕਹਿੰਦਾ ਜੀ ਹਰ ਬੋਲ ਹੀ ਉਹਦਾ ਬੜਾ ਵਧੀਆ, ਅਤੇ ਮੈਨੂੰ ਉਹਦਾ ਇੱਕ ਬੋਲ ਇਹ ਬਹੁਤ ਵਧੀਆ ਲੱਗਦਾ ਕਿ ਨਿਤ ਕੰਟਰੋਵਰਸੀ ਕ੍ਰੀਏਟ ਮਿਲੇਗੀ, ਧਰਮਾਂ ਦੇ ਨਾਂ 'ਤੇ ਡਿਬੇਟ ਮਿਲੇਗੀ, ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੇਗੀ। ਔਰ ਗੱਲ ਸਹੀ ਸੀ, ਉਹਨੇ ਜਿੰਨੀ ਤਰੱਕੀ ਕੀਤੀ ਅਤੇ ਉਹਨੂੰ ਉਸ ਚੀਜ਼ ਦੀ ਹੇਠ ਹੀ ਮਿਲੀ ਆ। ਔਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿੱਥੇ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੂਸਰੀ ਬਰਸੀ ਹੈ, ਅੱਜ ਇਸ ਗਾਇਕ ਨੂੰ, ਇਸ ਦੁਨੀਆ ਨੂੰ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕੇ 2 ਸਾਲ ਹੋ ਚੁੱਕੇ ਨੇ, ਔਰ ਦੇਸ਼ ਦੁਨੀਆ ਲੋਕ ਜੋ ਇਹਨਾਂ ਨੂੰ ਚਾਹੁੰਦੇ ਨੇ, ਜੋ ਫੈਨਸ ਨੇ, ਉਹ ਅੱਜ ਵੀ ਇੱਕੋ ਹੀ ਗੁਹਾਰ ਲਗਾਉਂਦੇ ਨੇ ਕਿ ਇਸ ਗਾਇਕ ਨੂੰ ਇਨਸਾਫ਼ ਮਿਲਣਾ ਚਾਹੀਦਾ, ਔਰ ਖਾਸ ਕਰਕੇ
295 ਜਿਸਦਾ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਇੱਕ ਗੀਤ ਵੀ ਤਿਆਰ ਕੀਤਾ ਗਿਆ ਸੀ ਔਰ ਇਸੇ ਤਰੀਕ 29 ਮਈ ਨੂੰ 29 ਤਰੀਕ ਔਰ ਮਈ ਦਾ ਮਹੀਨਾ ਪੰਜਵਾਂ ਮਹੀਨਾ ਹੁੰਦਾ ਤਾਂ 295 ਕਹਿ ਸਕਦੇ ਹਾਂ ਕਿ ਇਸ ਜੋ ਅੰਡੇ ਦੇ ਛਿਲਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬਖੂਬੀ ਦੇ ਨਾਲ ਇਹ ਜੋ ਸਾਰੀ ਨਕਾਸ਼ੀ ਕੀਤੀ ਗਈ ਆ ਔਰ ਹਰ ਕਲਾਕਾਰ ਦੀ ਸੋਚ ਇਹੀ ਹੁੰਦੀ ਹੈ ਕਿ ਕਿਸੇ ਵੀ ਚੀਜ਼ ਨੂੰ ਪਰਾਉਣ ਦੇ ਲਈ ਕਿਸੇ ਵੀ ਚੀਜ਼ ਨੂੰ ਕਹਿ ਸਕਦੇ ਹਾਂ ਦਰਸਾਉਣ ਦੇ ਲਈ ਉਹ ਆਪਣੀ ਕਲਾਕਾਰੀ ਦੇ ਪ੍ਰਦਰਸ਼ਨ ਰਾਹੀਂ ਹੀ ਸਮਾਜ ਤੱਕ ਸੁਨੇਹਾ ਪਹੁੰਚਾਉਂਦਾ ਤਾਂ ਅੰਮ੍ਰਿਤਪਾਲ ਸਿੰਘ ਜੋ ਕਿ ਵੁਡਨ ਆਰਟਿਸਟ ਨੇ ਤਾਂ ਉਹਨਾਂ ਨੇ ਵੀ ਆਪਣੀ ਕਲਾਕਾਰੀ ਦੇ ਸਦਕਾ ਹੀ ਇਸ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਆ ਔਰ ਇੱਕ ਗੁਹਾਰ ਲਗਾਈ ਇੱਕ ਅਪੀਲ ਵੀ ਕੀਤੀ ਹੈ ਕਿ ਅੱਜ ਦੇ ਦਿਨ ਲੋਕ ਗੁਰੂ ਘਰਾਂ ਵਿਖੇ ਜਾ ਕੇ ਇਸ ਗਾਇਕ ਦੇ ਕਹਿ ਸਕਦੇ ਹਾਂ ਕਿ ਯਾਦ ਦੇ ਵਜੋਂ ਨਤਮਸਤਕ ਹੋਣ ਉੱਤੇ ਵਾਹਿਗੁਰੂ ਅੱਗੇ ਅਰਦਾਸ ਕਰਨ ਕਿ ਪਰਮਾਤਮਾ ਵਿਛੜੀ ਰੂਹ ਨੂੰ ਜਿੱਥੇ ਕਿ ਚਰਨਾਂ ਵਿੱਚ ਵਾਸ ਦੇਵੇ ਅਤੇ ਨਾਲ ਹੀ ਜੋ ਇਸ ਰੂਹ ਨੂੰ ਜੋ ਇਸ ਸ਼ਖਸੀਅਤ ਨੂੰ ਅੱਜ ਵੀ ਕਹਿ ਸਕਦੇ ਹਾਂ ਇਨਸਾਫ ਨਹੀਂ ਮਿਲ ਪਾਇਆ ਉਹ ਇਨਸਾਫ ਮਿਲ ਸਕੇ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18, ਪੰਜਾਬ।